ਅਦਰਸ਼ਾ ਫਿਰੋਜ਼ਪੁਰ ਵਿਖੇ ਦੋ ਸੜਕ ਹਾਦਸੇ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਵਿਚ ਜਿੱਥੇ ਦੋ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਉੱਥੇ ਹੀ ਇੱਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਦੇਖਦੇ ਹਾਂ ਫਿਰੋਜ਼ਪੁਰ ਤੋਂ ਸੁਖਦੇਵ ਗੁਰੇਜ਼ਾ ਦੀ ਇਹ ਰਿਪੋਰਟ। ਇਨ੍ਹਾਂ ਸੜਕ ਹਾਦਸਿਆਂ ਵਿਚ ਪਹਿਲਾ ਹਾਦਸਾ ਫਿਰੋਜ਼ਪੁਰ ਜੀਰਾ ਰੋਡ ਤੇ ਇੱਕ ਮੋਟਰਸਾਈਕਲ ਅਤੇ ਕਾਰ ਵਿਚਾਲੇ ਵਾਪਰਿਆ ਜਿਸ ਵਿਚ ਮੋਗਾ ਵਾਸੀ ਤਰਸੇਮ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦਾ ਦੂਜਾ ਸਾਥੀ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਫਿਰੋਜ਼ਪੁਰ ਦੇ ਮਿਸ਼ਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਮ੍ਰਿਤਕ ਤਰਸੇਮ ਸਿੰਘ ਮੋਗਾ ਦੇ ਪਿੰਡ ਕੋਸਾ ਪਾਛੋ ਦਾ ਰਹਿਣ ਵਾਲਾ ਸੀ। ਕਾਰ ਫਿਰੋਜ਼ਪੁਰ ਵੱਲੋਂ ਆ ਰਹੀ ਸੀ, ਮੋਟਰਸਾਈਕਲ ਦੇ ਦੋ ਸਵਾਰ ਆਏ, ਉਹਨਾਂ ਦੀ ਆਪਸ ਵਿਚ ਟੱਕਰ ਹੋ ਗਈ ਕਾਰ ਨਾਲ। ਕਾਰ ਵਾਲਾ ਜਿਹੜਾ ਸੀਗਾ ਇੱਕ ਤਰਸੇਮ ਸਿੰਘ ਕੋਸਾ ਪਾਛੋ, ਉਹਦੀ ਮੌਕੇ ਤੇ ਐਕਸਪਾਇਰ ਹੋ ਗਿਆ ਤੇ ਦੂਜਾ ਸਾਥੀ ਦਾ ਸਹੀ ਉਹ ਹਸਪਤਾਲ ਪਤਾ ਲੱਗ ਗਿਆ। ਉਧਰ ਇਸੇ ਸ਼ਹਿਰ ਵਿਚ ਦੂਜਾ ਹਾਦਸਾ ਫਿਰੋਜ਼ਪੁਰ ਲੁਧਿਆਣਾ ਰੇਲਵੇ ਲਾਈਨ ਦੇ ਪਿੰਡ ਮੱਲਾਵਾਲਾ ਦੇ ਨਜ਼ਦੀਕ ਵਾਪਰ ਗਿਆ ਜਿੱਥੇ ਇੱਕ ਕਾਰ ਅਤੇ ਟ੍ਰੇਨ ਦੀ ਆਪਸੀ ਟੱਕਰ ਵਿਚ ਫਿਰੋਜ਼ਪੁਰ ਦੇ ਡੈਂਟਲ ਕਾਲਜ ਦੇ ਵਿਦਿਆਰਥੀ ਸਿੰਘ ਸ਼ੈਸ਼ਨ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਇਹ ਵਿਦਿਆਰਥੀ ਆਪਣੇ ਕਿਸੇ ਦੋਸਤ ਨੂੰ ਮਿਲਣ ਜਾ ਰਿਹਾ ਸੀ ਕਿ ਇਸ ਫਾਟਕ ਤੇ ਅਚਾਨਕ ਰੇਲ ਆਉਣ ਕਾਰਨ ਇਹ ਨੌਜਵਾਨ ਆਪਣੇ ਆਪ ਨੂੰ ਨਾ ਬਚਾ ਸਕਿਆ। ਬਾਰੀ ਤੋੜ ਕੇ ਜ਼ੋਰ ਲਾਉਂਦੇ ਨੇ ਵੀ ਤੈਨੂੰ ਕੱਟ ਕੇ ਲੈ ਜਾਈਏ, ਉਹ ਗੱਲ ਬਣੀ ਨਹੀਂ ਸੀ। ਉਦੋਂ ਕਹਿੰਦੇ ਨਾ ਵੀ ਦੋ ਨੱਕ ਚ ਲਹੂ ਦੀ ਤਸੀਰੀ ਪੈਂਦੀ, ਬਹੁਤ ਲੰਮੀ ਤਸੀਰੀ ਪੈਂਦੀ ਸੀ ਤੇ ਅਸੀਂ ਸਾਰਿਆਂ ਨੇ ਇੱਕ ਬਾਰੀ ਤੋੜੀ ਹੈ, ਤੋੜ ਕੇ ਜ਼ੋਰ ਲਾਉਂਦੇ ਨੇ ਨਿਕਲਿਆ ਨੀ ਹੱਥ ਮੌਕੇ ਤੇ ਦੇਖੋ ਮੌਕੇ ਤੇ ਦੇਖ ਕੱਢ ਦੇ ਜਾਂਦਾ ਬਾਅਦ ਚ ਦੇਖੋ ਜੀ ਮਸਲਾ ਤੇ ਇਸ ਤਰ੍ਹਾਂ ਜੀ ਬੀਡੀਐਸ ਸਟੂਡੈਂਟ ਬੀਡੀਐਸ ਡਿਗਰੀ ਕਰਕੇ ਅੱਜ ਇਹ ਕਨਵੋਕੇਸ਼ਨ ਵਾਸਤੇ ਆਇਆ ਸੀ ਔਰ ਅੱਜ ਇਹਨਾਂ ਨੂੰ ਡਿਗਰੀ ਦੇਣੀ ਸੀ। ਡਾਕਟਰ ਫਰੂਖ ਅਬਦੁੱਲਾ ਆ ਰਹੇ ਸੀ ਤੇ ਇਹ ਕੋਈ 2:30 ਵਜੇ ਦੇ ਕਰੀਬ ਕਾਲਜ ਵਿੱਚੋਂ ਨਿਕਲ ਕੇ ਆਪਣੇ ਫਰੰਟ ਰੂਮ ਵਿੱਚ ਜਾ ਰਿਹਾ ਸੀ, ਮਲਵਲ ਤੋਂ ਛਾਂਦਿਆ ਸੀ ਅਨਮੈਂਡ ਰੇਲਵੇ ਕ੍ਰੋਸਿੰਗ ਤੇ ਤੇ ਉਹਦੇ ਨਾਲ ਇਹਦਾ ਐਕਸੀਡੈਂਟ ਹੋਇਆ। ਸਰ ਹੁਣ ਇਹਦੀ ਫੈਮਿਲੀ ਵਗੈਰਾ ਨੂੰ ਦੱਸ ਦਿੱਤਾ ਜੀ? ਉਹਨਾਂ ਦੇ ਪੇਰੈਂਟਸ ਨੂੰ ਇਨਫੋਰਮ ਕਰ ਦਿੱਤਾ ਤੇ ਬਾਡੀ ਐਸ ਟੀ ਐਮ ਜੀ ਆਰ ਪੀ ਦੇ ਹਵਾਲੇ ਸਿਵਲ ਹੋਸਪਿਟਲ। ਇਹ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਸਟੂਡੈਂਟ? ਇਹ ਹਿਮਾਚਲ ਦਾ ਰਹਿਣ ਵਾਲਾ ਸੀ ਡਲਹੌਜ਼ੀ ਦਾ। ਜ਼ਿਕਰਯੋਗ ਹੈ ਕਿ ਹਿਮਾਚਲ ਦੇ ਡਲਹੌਜ਼ੀ ਵਾਸੀ ਇਹ ਨੌਜਵਾਨ ਆਪਣੀ ਬੀਡੀਐਸ ਦੀ ਪੜ੍ਹਾਈ ਪੂਰੀ ਕਰ ਚੁੱਕਿਆ ਸੀ ਅਤੇ ਫਿਰੋਜ਼ਪੁਰ ਦੇ ਜੈਨੇਸਿਸ ਕਾਲਜ ਵਿਚ ਹੋ ਰਹੇ ਡਿਗਰੀ ਵੰਡ ਸਮਾਗਮ ਵਿਚ ਆਪਣੀ ਡਿਗਰੀ ਲੈਣ ਆਇਆ ਸੀ, ਪਰੰਤੂ ਇਸ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਸੋ ਲੋੜ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਫਿਰੋਜ਼ਪੁਰ ਤੋਂ ਸੁਖਦੇਵ ਗੁਰੇਜ਼ਾ ਦੇ ਨਾਲ ਪੋਥੀਮਾਲਾ ਹਲਚਲ ਰਿਪੋਰਟ।